ਤੁਸੀਂ ਦੇਖ ਰਹੇ ਹੋ ਦੀਪ ਦਮਨ ਟੀਵੀ ਚੈਨਲ ਤੇ ਅੱਜ ਅਸੀਂ ਪਹੁੰਚੇ ਹਾਂ ਮਲਸੀਆਂ ਦੇ ਵਿੱਚ ਇੱਥੇ ਮੀਟਿੰਗ ਸੀਗੀ ਬਹੁਤ ਆ ਸਕਤਾਂ ਇਕੱਠੀਆਂ ਹੋਈਆਂ ਤੇ ਸਰਦਾਰ ਜਗਿੰਦਰ ਸਿੰਘ ਜੀ ਟੈਗਰ ਸਾਹਿਬ ਨਾਲ ਗੱਲਬਾਤ ਕਰਨ ਦਾ ਆਪਾਂ ਯਤਨ ਕਰਦੇ ਹਾਂ ਟੈਗਰ ਸਾਹਿਬ ਅੱਜ ਜਿਹੜੀ ਮੀਟਿੰਗ ਹੋਈ ਹੈ ਕਿਸ ਸੰਬੰਧ ਵਿੱਚ ਹੋਈ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਸੀ ਉਹ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਉਹਨਾਂ ਦਾ ਜਨਮ ਦਿਨ ਆ ਰਿਹਾ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਜਿਹੜੀ ਸੀ ਇਹ ਮੀਟਿੰਗ ਵੱਖ ਵੱਖ ਪਿੰਡਾਂ ਤੋਂ ਜਿਹੜੇ ਹਰ ਪਾਰਟੀ ਦੇ ਨਾਲ ਸੰਬੰਧ ਰੱਖਦੇ ਆ ਸਾਰਿਆਂ ਨੂੰ ਸੱਦ ਕੇ ਇੱਕ ਮੰਚ 'ਤੇ ਇਕੱਠੇ ਕਰਕੇ ਇਹ ਬੇਨਤੀ ਕੀਤੀ ਗਈ ਆ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਐਡੀ ਵੱਡੀ ਕੁਰਬਾਨੀ ਆ ਕਿ ਨਾ ਕਿਤੇ ਹੋ ਸਕਦੀ ਆ ਔਰ ਨਾ ਹੋਊਗੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ ਸੀਸ 10 ਲੱਖ ਫੌਜ ਦੇ ਵਿੱਚੋਂ ਲੜ ਕੇ ਔਰ ਲਿਆਉਣਾ ਕੋਈ ਛੋਟੀ ਜਿਹੀ ਗੱਲ ਨਹੀਂ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਲੈਣਾ ਬਹੁਤ ਵੱਡੀ ਗੱਲ ਆ ਔਰ ਐਡੀ ਵੱਡੀ ਗੱਲ ਆ ਕਿ ਦੁਨੀਆ ਦੇ ਵਿੱਚ ਐਡੀ ਵੱਡੀ ਕੋਈ ਕੁਰਬਾਨੀ ਨਹੀਂ ਜੋ ਕਿ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਨੇ ਕੀਤੀ ਆ ਉਹਨਾਂ ਨੇ ਆਪਣੇ 4 ਪੁੱਤਰ ਵੀ ਵਾਰੇ ਜਿਹੜੇ 2 ਚਮਕੌਰ ਦੀ ਗੜੀ 'ਚ ਸ਼ਹੀਦ ਹੋਏ 2 ਸਰਸਾ ਦੇ ਕੰਢੇ 'ਤੇ ਸ਼ਹੀਦ ਹੋਏ ਭਾਈ ਸਦਨ ਨੰਦ ਜੀ ਉਹਨਾਂ ਦੇ ਪਿਤਾ ਜਿਹੜੇ ਸੀ ਉਹ ਵੀ ਸ਼ਹੀਦ ਹੋਏ ਔਰ ਬਾਬਾ ਜੀਵਨ ਸਿੰਘ ਜੀ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਔਰ ਕਲਗੀ ਦੇ ਤੋੜਾ ਜਿਹੜਾ ਸੀ ਉਹ ਵੀ ਬਾਬਾ ਜੀਵਨ ਸਿੰਘ ਨੂੰ ਮਿਲਿਆ ਸੀ ਕਿਉਂਕਿ DDPO ਸਾਹਿਬ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਉਹਨਾਂ ਨੇ ਬੜੀ ਤਕੜੀ ਖੋਜ ਕੀਤੀ ਆ ਕਿ ਜਿਹੜਾ ਕਲਗੀ ਦੇ ਤੋੜਾ ਸੀ ਉਹ ਬਾਬਾ ਜੀਵਨ ਸਿੰਘ ਨੂੰ ਦਿੱਤਾ ਗਿਆ ਸੀ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ ਲੜਾਈ ਹੋਈ ਸੀ ਅਤੇ 40 ਸਿੰਘ ਰਹਿ ਗਿਆ ਸੀ ਅਤੇ ਕਹਿਣ ਲੱਗੇ 40 ਸਿੰਘਾਂ ਨੂੰ ਉਹਨਾਂ ਨੇ ਕਿਹਾ ਕਿ ਮੈਦਾਨ ਦੇ ਵਿੱਚ ਜਾ ਕੇ ਆਪਾਂ ਜੰਗ ਲੜ ਕੇ ਸ਼ਹੀਦ ਹੋਵਾਂਗੇ ਔਰ ਬੜੀਆਂ ਫੌਜਾਂ ਸੀਆਂ ਥੱਲੇ ਉਹਨਾਂ ਦੇ ਨਾਲ ਜੰਗ ਲੜਦੇ ਸ਼ਹੀਦ ਹੋ ਗਏ ਔਰ ਭਾਈ ਜੈਤਾ ਜੀ ਦੀ ਐਡੀ ਵੱਡੀ ਕੁਰਬਾਨੀ ਆ ਕਿ ਜਿਵੇਂ ਕਿਸੇ ਸ਼ਹਿਰ ਨੇ ਕਿਹਾ ਕਿ ਭੁੱਲ ਨਾ ਜਾਇਓ ਮੇਰਿਓ ਵੀਰੋ ਚੈਤੇ ਦੀ ਕੁਰਬਾਨੀ ਨੂੰ ਅੱਜ ਉਹਨਾਂ ਦਾ ਜਨਮ ਦਿਨ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਦਿਨ ਜਿਹੜਾ ਉਹਨਾਂ ਦਾ ਜਨਮ ਦਿਨ ਆ ਰਿਹਾ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੜੀ ਧੂਮਧਾਮ ਦੇ ਨਾਲ ਮਨਾਉਣਾ ਕਿੱਥੋਂ ਦਾ ਰੱਖਿਆ ਪ੍ਰੋਗਰਾਮ ਕਿੱਥੋਂ ਦਾ ਰੱਖਿਆ ਇਹ ਥੋੜ੍ਹੀ ਜਿਹੀ ਇਹ 1-2 ਦਿਨਾਂ ਦੇ ਵਿੱਚ ਹੀ ਅਸੀਂ ਦੱਸ ਦਿਆਂਗੇ ਕਿਉਂਕਿ ਸਾਰੇ ਹੋਰ ਵੀ ਕਈ ਪ੍ਰਧਾਨ ਜਿਹੜੇ ਆ ਉਹਨਾਂ ਨਾਲ ਸਲਾਹ ਕਰਨੀ ਆ ਇਸ ਕਰਕੇ 1-2 ਦਿਨਾਂ ਦੇ ਵਿੱਚ ਹੀ ਅਸੀਂ ਕਨਫਰਮ ਕਰ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਬਹੁਤ ਆਤ ਡਾਇਰੀਆਂ ਛਪਦੀਆਂ ਨੇ ਜੰਤਰੀਆਂ ਛਪਦੀਆਂ ਨੇ ਉਹਨਾਂ ਦੇ ਵਿੱਚ ਬਾਬਾ ਜੀਵਨ ਸਿੰਘ ਦਾ ਜਿਹੜਾ ਜਨਮ ਦਿਨ ਆ ਇੱਕ ਆਮ ਬੰਦਾ ਹੋਵੇ ਤੇ ਉਹਨਾਂ ਦੀ ਜਿਹੜੀ ਆ ਵਰਸ਼ੀਆਂ ਬਹੁਤ ਨੇ ਵਿੱਚ ਲਿਖੀਆਂ ਹੋਈਆਂ ਜਿਵੇਂ ਇਹ ਇੱਕ ਮਹਾਨ ਸ਼ਹੀਦ ਮੰਨੇ ਗਏ ਨੇ ਸਾਡੀ ਕੌਮ ਦੀ ਇਹਨਾਂ ਦਾ ਕਿਸੇ ਵੀ ਜੰਤਰੀ ਵਿੱਚ ਜ਼ਿਕਰ ਨਹੀਂ ਹੁੰਦਾ ਕੀ ਮੰਨਦੇ ਹੋ ਤੁਸੀਂ ਦੇਖੋ ਜੀ ਇਹ ਬਹੁਤ ਵੱਡੀ ਸ਼ੁਰੂ ਤੋਂ ਲੈ ਕੇ ਹਜ਼ਾਰਾਂ ਸਾਲ ਤੋਂ ਪਹਿਲਾਂ ਜਿਹੜੀ ਇਹ ਸਾਡੀ ਸਮਾਜ ਨਾਲ ਉਹ ਛੂਆਛਾਤ ਵੀ ਹੁੰਦੀ ਰਹੀ ਆ ਤੇ ਭੇਦਭਾਵ ਵੀ ਜਿਹੜਾ ਬਹੁਤ ਜ਼ੋਰਾਂ ਤੇ ਆ ਇਹ ਇੱਕ ਸਾਜ਼ਿਸ਼ ਦੀ ਨਹੀਂ ਆ ਕਿਉਂਕਿ ਆਪਾਂ ਸਾਰੇ ਜਾਣੇ ਜਾਣਦੇ ਆ ਕਿ ਅੱਜ ਸਿੱਖ ਕੌਮ ਦੇ ਵਿੱਚ ਵੀ ਜਿਹੜਾ ਮਤਲਬ ਹਰ ਚੀਜ਼ ਨਾਲ ਆਪਾਂ ਨੂੰ ਸਾਰੇ ਜਣ ਜਾਣਦੇ ਕਿ ਸਿੱਖ ਕੌਮ ਜਿਹੜੀ ਬਹੁਤ ਮਹਾਨ ਤੇ ਪਵਿੱਤਰ ਧਰਮ ਆ ਔਰ ਬਾਬਾ ਸਾਹਿਬ ਅੰਬੇਡਕਰ ਜਿਹੜੇ ਖੁਦ ਜਿਨ੍ਹਾਂ ਨੇ ਇਸ ਦੇਸ਼ ਦੇ ਜਿਹੜੇ ਜਿਨ੍ਹਾਂ ਨੂੰ ਅਛੂਤ ਲੋਕ ਕਿਹਾ ਗਿਆ ਔਰ ਬ੍ਰਾਹਮਣਵਾਦ ਦੇ ਜਿਹੜੇ ਬਹੁਤ ਜ਼ਿਆਦਾ ਮਤਲਬ ਜਿਨ੍ਹਾਂ ਨੂੰ ਨੀਵੀਂ ਜਾਤੀ ਦਾ ਬਣਾਤਾ ਔਰ ਇੱਕ ਜਿਹੜੇ ਬਹੁਤ ਮਾਰਸ਼ਲ ਕੌਮ ਸੀਗੀ ਉਹਨਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਜਿਹੜਾ ਸੰਵਿਧਾਨ ਲਿਖ ਕੇ ਤੋੜੀਆਂ ਤੇ ਉਹਨਾਂ ਨੇ ਵੀ ਜਿਹੜਾ ਸਾਰੇ ਮਤਲਬ ਵਰਲਡ ਦਾ ਪੂਰੀ ਦੁਨੀਆ ਦਾ ਸੰਵਿਧਾਨ ਪੜ੍ਹੇ ਔਰ ਪੂਰੇ ਸੰਸਾਰ ਦਾ ਉਹਨਾਂ ਨੇ ਪੜ੍ਹਿਆ ਤੇ ਜਿਹੜਾ ਇਸ ਸਿੱਖ ਧਰਮ ਨੂੰ ਬਹੁਤ ਵੱਡਾ ਉੱਤਮ ਤੇ ਪਵਿੱਤਰ ਸਮਝ ਕੇ ਤੇ ਉਹ ਅੰਮ੍ਰਿਤ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਉਹ ਅੰਮ੍ਰਿਤ ਛਕਣ ਜਿਹੜੇ ਆਏ ਸੀ ਤੇ ਬਹੁਤ ਸਾਰੇ ਲੋਕ ਉਸ ਵੇਲੇ ਮੈਨੂੰ ਮੈਂ ਤਾਂ ਕਿ ਅੱਜ ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਸਿੱਖ ਹੋਣਾ ਸੀਗਾ ਜੇ ਉਸ ਵੇਲੇ ਬਾਬਾ ਸਾਹਿਬ ਅੰਬੇਡਕਰ ਜੇ ਅੰਮ੍ਰਿਤ ਛਕਦੇ ਤੇ ਪੂਰੇ ਦੇਸ਼ ਦੇ ਵਿੱਚ ਅੱਜ ਸਿੱਖ ਕੌਮ ਦਾ ਬਹੁਤ ਵੱਡਾ ਬੋਲਬਾਲ ਹੋਣਾ ਸੀ ਜਿਹੜਾ ਅੱਜ 2% ਤੋਂ ਘੱਟ ਕੇ ਵੀ  1.25% ਤੇ ਆ ਗਿਆ ਸੋ ਇਹਦਾ ਮਤਲਬ ਜਿਹੜਾ ਕਿ ਸਾਡੇ ਜਿੰਨੇ ਵੀ ਸ਼ਹੀਦ ਹੋਏ ਆ ਬਹੁਤ ਸਾਰੇ ਸ਼ਹੀਦ ਹੋਏ ਆ ਜਿਨ੍ਹਾਂ ਦੀ ਕੁਰਬਾਨੀਆਂ ਲੁਕੋਈਆਂ ਗਈਆਂ ਵਾ ਜੇ ਕਿਸੇ ਸਾਡੇ ਸ਼ਹੀਦ ਨੇ ਸਿੱਖ ਕੌਮ ਵਾਸਤੇ ਜਾਂ ਇਸ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਇਦਾਂ ਦੇ ਨਾਵਾਂ ਦੇ ਨਾਲ ਮਤਲਬ ਕਿਸੇ ਨਾ ਕਿਸੇ ਉਹਨਾਂ ਦੇ ਨਾਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੋੜ ਦਿੱਤੀਆਂ ਕਿਉਂਕਿ ਜਿਹੜੀ ਕੌਮ ਦਾ ਸਿੱਧੀ ਜਿਹੀ ਗੱਲ ਇਹ ਆ ਕਿ ਕਿਸੇ ਵੀ ਕੌਮ ਦਾ ਇਤਿਹਾਸ ਖਤਮ ਕਰੋ ਕੌਮ ਖਤਮ ਹੋ ਜਾਂਦੀ ਆ ਇਸ ਕਰਕੇ ਸਾਡੇ ਰਹਿਬਰਾਂ ਦਾ ਇਤਿਹਾਸ ਜਿਹੜਾ ਉਹ ਖਤਮ ਸਾਜਿਸ਼ ਅਧੀਨ ਸਿੱਖ ਕੌਮ ਵਿੱਚ ਵੀ ਇਦਾਂ ਦੇ ਜਿਹੜੇ
कालिया भेडा है जहाजत दिन जो सिखा दे विच भी जिहड़े साडे बहुत सारे शहीद कुर्बानियां जिहड़ियां साडियां लुकाईयां जा रहियां उन्हां नूं वखरे नां दे के मतलब उहनां दा कितना कितें इदां दा 5 तरीक नूं आनंदपुर साहिब दी धरती ते जिहड़ा पावन दिन मनाया जा रिहा की मैसेज देणा चाहुंदे देखो जी 3 तरीक नूं अपने शाहकोट विच भी जिहड़े नगर कीर्तन तों बहुत वड्डे कढ रहे आ साडे मंदिर कला आनंदपुर साहिब जाणा ना आनंदपुर साहिब वी 5 तरीक नूं पहुंचदे आ ते उत्थे असीं वी जावांगे ते सारयां नूं बेनती करदे आ कि जिहड़े लोकां नूं इतिहास दे नाल जुड़ना चाहीदा जिहड़े वी साडे मतलब रहिबरां दा इतिहास आ जो उहनां ने साडे देश लई कीता सो उहनां दा इतिहास नाल जुड़ना चाहीदा जो साडियां कुरबानियां उह जरूर देखणियां चाहीदियां कि साडे बाबे जीवन सिंह जी ने बहुत उहनां दी महान कुरबानी सारे जणे आपां जाणदे आ सिख कौम वास्ते कि साडे उत्ते पहुंचण ते पहुंच के उत्ते जिथे उत्ते महान धरती आ जिथे उहनूं नतमस्तक होण ते नाल दी नाल उत्ते अपने गुरुआं दे इतिहास दे नाल जुड़न। अज श्रोमणी शहीद बाबा जीवन सिंह जी के जन्मदिन के संबंध में इतने मनसिया बहुत वड्डा कट रखा गया। मैं धनवादी हाँ सत्कारयोग सरदार दविंदर सिंह टैगर जी तरह टीम का जिन्होंने बहुत वड्डा उपराला करके शाहपुर के शहीद बाबा जीवन सिंह जन्मदिन मनाने बहुत वड्डा उपराला कर रहे हैं। ये अजे समा तो स्थान जिहड़ा निश्चित किया जाना आ। असीं चाहुंदे आ कि इत्थे बाबा जीवन सिंह जी जो शहीदी सी तकरीबन सारे गुरद्वारों के मनाई जाए पर इतों के वितकरा जिहड़ा वो भली भांत असीं जाणदे हाँ 5 तरीक नूं तरना दल के मेजर सिंह सोढी जी जिहड़े अपना की अगवाई में बहुत वड्डी पद्धर से इस करके ही मनाया जा रहा उत्थे इस तरह दीआं बराबरता दीआं विचारां होणियां आ। मैं फिर दोबारा समूह संगत जिन्नी भी मसीहां दवाई आ उन्हां दा बहुत बहुत धन्नवाद करदा हाँ। वाहिगुरू जी का खालसा वाहिगुरू जी का सब तो पहला वाहिगुरू जी का खालसा वाहिगुरू जी की फतेह। सब तो पहला मैं सब आईया साहबान लीडर मेरे तो वड्डे आ सूझवान आ इन्हां दा विचारां दे नाल सांझ पाउंदी हुई भाई जीता सिंह दे जन्म दिहाड़े दियां बहुत बहुत वधाइयां दिंदियां। असीं चाहुंदे आ कि साडा जिहड़ा समाज आ बराबरता च होवे साडे वाल्मीकि भाईचारे नूं पिछोड़िया जांदा आ उह जिहड़ा वितकरा साडे नाल खत्म कीता जावे ते साडे मतलब पढ़े लिखे बच्चे घरां दे विच दिहाड़ियां कर रहे आ उहनां नूं बराबरता मिलनी चाहीदी आ ते जदके सानूं औरतां नूं भी चाहीदा कि अगे आ के असीं अपना संघर्ष करिए अपनियां बेटियां नूं अगे लियाईए नौजवान बच्चियां नूं अगे लियाईए जिहदे नाल साडा समाज जिहड़ा बाबा भीम राव अंबेदकर कह रहे ना पढ़ो लिखो संघर्ष करो उहनां दी सोच नूं असीं अगे लिजा सकदे। जिवें तुसीं भैन जी आए होए आ किन्ने ਬੰਦਿਆਂ ਦੇ ਵਿੱਚ ਤੁਸੀਂ ਵੀ ਆਣ ਕੇ ਬੈਠੇ ਆ ਜਿਵੇਂ ਬੀਬੀਆਂ 4-5 ਹੀ ਹੈ ਨਾ ਹੋਰ ਵੀ ਬੀਬੀਆਂ ਨੂੰ ਆਉਣਾ ਚਾਹੀਦਾ ਕੀ ਮੈਸੇਜ ਦੇਣਾ ਚਾਹੁੰਦੇ ਜਿੰਨਾ ਚਿਰ ਤੱਕ ਬੀਬੀਆਂ ਨਹੀਂ ਜਾਗਰੂਕ ਹੁੰਦੀਆਂ ਆਪਣੇ ਬੱਚਿਆਂ ਨੂੰ ਕਿਵੇਂ ਜਾਗਰੂਕ ਕਰਨਾ। ਹਾਂਜੀ ਬਾਬਾ ਸਾਹਿਬ ਜੀ ਮੈਂ ਜੇ ਤੁਹਾਡੀ ਐਕਸਪ੍ਰੈਸ਼ਨ ਬਿਲਕੁਲ ਸਹੀ ਆ ਅਸੀਂ ਬੀਬੀਆਂ ਘਰ ਦੀ ਨਾਲੀ ਤੋਂ ਲੜਾਈ ਕਰਦੀਆਂ ਜੇ ਕੋਈ ਮਤਲਬ ਕੋਈ ਊਚ ਨੀਚ ਹੋ ਜਾਵੇ ਉਹਦੇ ਲਈ ਅਸੀਂ ਜੰਗ ਖੜੀ ਕਰ ਦਿੰਦੀਆਂ ਜਦ ਕਿ ਇੱਕ ਝੰਸੀ ਬਾਈ ਜਿਹੜੀ ਕਿ ਦੇਸ਼ ਲਈ ਲੜੀ ਸਾਨੂੰ ਉਹ ਔਰਤਾਂ ਬਣਨਾ ਚਾਹੀਦਾ ਆ ਸਾਨੂੰ ਉਹਨਾਂ ਦੀ ਲੈਨ ਤੇ ਚੱਲਣਾ ਚਾਹੀਦਾ ਕਿ ਅਸੀਂ ਉਹਨਾਂ ਵਾਂਗੂ ਬਹਾਦਰ ਬਣ ਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਦੇਸ਼ ਦਾ ਕੁਛ ਕੰਮ ਕਰੀਏ ਕਿ ਦੇਸ਼ ਲਈ ਆਪਣਾ ਨਾਂ ਕਰ ਜਾਈਏ ਜਿੱਦਾਂ ਕਿ ਉਹਨਾਂ ਨੇ ਸ਼ਹੀਦੀਆਂ ਪਾਈਆਂ ਸਾਡੇ ਲਈ। ਬਹੁਤ ਵਧੀਆ ਬੜੀ ਵੱਡੀ ਇੱਕ ਸੋਚ ਦੇ ਮਾਲਕ ਨੇ ਤੁਸੀਂ ਦੇਖ ਰਹੇ ਹੋ ਦੀਪ ਦਵਾ ਟੀਵੀ ਚੈਨਲ ਦੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।